ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀਮਤੀ ਜਸਬੀਰ ਕੌਰ ਜੀ ਜਿਹੜੇ 2 ਤਰੀਕ ਨੂੰ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਅੰਤਿਮ ਅਰਦਾਸ ਅੱਜ 11 ਤਰੀਕ ਬੁੱਧਵਾਰ ਮੱਥ ਕੇ ਉੱਠੇ ਹੈ, ਜਿਸ ਸੰਬੰਧੀ ਸਮੂਹ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਹੁੰਚਣਾ ਹੈ। ਮਾਤਾ ਜਸਬੀਰ ਕੌਰ ਜੀ ਧਾਰਮਿਕ ਖਿਆਲਾਂ ਦੀ ਵਿਅਕਤੀ ਵਾਲੇ ਸਨ। ਉਹ ਜਦੋਂ ਪਾਕਿਸਤਾਨ 'ਚੋਂ ਆਏ ਤਾਂ ਪਿੰਡ ਗਿੱਲ ਵਿਖੇ ਉਹਨਾਂ ਦੇ ਪੇਕੇ ਪਰਿਵਾਰ ਜਿਹੜਾ ਸੀ ਉਹਨਾਂ ਦੀ ਰਿਹਾਇਸ਼ ਸੀ, ਅਤੇ ਸਰਲੀ ਪਿੰਡ ਤੋਂ ਕੈਪਟਨ ਭਾਨ ਸਿੰਘ ਜੋ ਉਸ ਵੇਲੇ ਫੌਜ ਵਿੱਚ ਭਰਤੀ ਸਨ ਉਹਨਾਂ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ। ਔਰ ਸ਼ਾਦੀ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸਮਾਂ ਸੀ ਸੰਯੁਕਤ ਪਰਿਵਾਰ ਵਿੱਚ ਕੱਢਿਆ ਕਿ ਪਰਿਵਾਰ ਵਿੱਚ ਕੀਤਾ। ਉਹਨਾਂ ਨੇ ਆਪਣੀਆਂ ਸਾਰੀਆਂ ਨਨਾਨਾਂ ਨੂੰ, ਨਣਦਾਂ ਨੂੰ, ਆਪਣੇ ਪਰਿਵਾਰ ਨੂੰ ਇੱਕ ਮੁੱਠੀ ਵਿੱਚ ਪਰੋ ਕੇ ਰੱਖਿਆ। ਬੜੇ ਸਖਤ ਮਿਹਨਤੀ ਸਨ, ਧਾਰਮਿਕ ਵਿਅਕਤੀ ਵਾਲੇ ਸਨ। ਉਹਨਾਂ ਨੇ ਆਪਣੇ ਬੱਚਿਆਂ ਨੂੰ ਧਾਰਮਿਕ ਵਿਅਕਤੀ ਜਿਹੜੀ ਉਹ ਨਾਲ ਜੋੜਿਆ। ਉਹਨਾਂ ਨੂੰ ਬਚਪਨ ਤੋਂ ਹੀ ਪਾਠ ਕਰਨ ਦੀ ਆਦਤ ਪਾਈ। ਪਾਠ ਕਰਨ ਦੇ ਨਾਲ ਨਾਲ ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਜਿਹੜੀਆਂ ਪੜ੍ਹਾਈ ਸੰਬੰਧੀ ਪ੍ਰਵਿਰਤੀਆਂ ਕੀਤੀਆਂ, ਉਹਨਾਂ ਨੂੰ ਪੜ੍ਹਾਉਣ ਸੰਬੰਧੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਸਾਡੇ ਪਿਤਾ ਜੀ ਕੈਪਟਨ ਭਾਨ ਸਿੰਘ ਜੀ, ਜਿਨ੍ਹਾਂ ਨੇ ਫੌਜ ਵਿੱਚ ਬੜਾ ਲੰਬਾ ਸਮਾਂ ਸੇਵਾ ਨਿਭਾਈ, ਉਹਨਾਂ ਦਾ ਫੌਜ ਵਿੱਚ ਬਹੁਤ ਮਾਣ ਅਤੇ ਸਤਿਕਾਰ ਕੀਤਾ ਜਾਂਦਾ ਸੀ। ਘਰ ਵਿੱਚ ਉਹ ਪਰਿਵਾਰ ਵਿੱਚ ਸਭ ਤੋਂ ਵੱਡੇ ਸਨ। ਉਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਔਰ ਲੰਬਾ ਸਮਾਂ ਆਪਣੇ ਭਰਾ ਛੋਟੇ ਭਰਾ ਗੁਰਨਾਮ ਸਿੰਘ ਅਤੇ ਪਰਿਵਾਰ ਦੇ ਵਿੱਚ 28 ਸਾਲ ਇਕੱਠੇ ਇੱਕੋ ਪਰਿਵਾਰ 'ਚ ਸਾਂਝੇ ਚੁੱਲ੍ਹੇ 'ਤੇ ਰੋਟੀ ਪੱਕਦੀ ਰਹੀ। ਉਸ ਤੋਂ ਬਾਅਦ ਵੀ ਸਾਡੇ ਮਾਤਾ ਜੀ ਨੇ ਆਪਣੀਆਂ ਨੌਹਾਂ ਧੀਆਂ ਦੇ ਨਾਲ ਸਾਂਝੇ ਪਰਿਵਾਰ ਵਿੱਚ ਹੀ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਉਹਨਾਂ ਨੇ ਜਿੱਥੇ ਆਪਣੀਆਂ ਧੀਆਂ ਨੂੰ ਪੜ੍ਹਾਇਆ ਅਤੇ ਉੱਥੇ ਨਾਲ ਆਪਣੀ ਛੋਟੀ ਨੂੰਹ ਨੂੰ ਵੀ ਬੀਐਡ ਕਰਵਾਈ ਆਫਟਰ ਮੈਰਿਜ। ਉਹਨਾਂ ਨੇ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਬੁਲੰਦੀਆਂ ਤੱਕ ਪਹੁੰਚਾਵਾਂ, ਮੇਰਾ ਪਰਿਵਾਰ ਵੱਧ ਤੋਂ ਵੱਧ ਤਰੱਕੀ ਕਰੇ। ਉਸ ਜ਼ਮਾਨੇ ਵਿੱਚ ਜਦੋਂ ਕਿ ਲੜਕੀਆਂ ਨੂੰ ਪੜ੍ਹਾਉਣ ਦਾ ਇੰਨਾ ਰਿਵਾਜ਼ ਨਹੀਂ ਸੀ, ਉਦੋਂ ਵੀ ਸਾਡੀ ਮਾਤਾ ਜੀ ਨੇ ਸਾਡੇ ਪਰਿਵਾਰ ਵਿੱਚੋਂ 2 ਕੁੜੀਆਂ ਨੂੰ ਮਾਸਟਰ ਡਿਗਰੀ ਕਰਵਾਈ। ਬੱਚਿਆਂ ਨੂੰ, ਸਾਰੇ ਬੱਚੇ ਬੈਚਲਰ ਸਨ। ਔਰ ਉਹਨਾਂ ਦਾ ਜਿਹੜਾ ਵੱਡਾ ਬੇਟਾ ਸੀ ਉਹ ਪਿੰਡ ਦਾ ਸਾਬਕਾ ਸਰਪੰਚ ਰਿਹਾ ਹੈ। ਉਹਨਾਂ ਦੀ ਥੋੜ੍ਹਾ ਸਮਾਂ ਮਾਤਾ ਜੀ ਤੋਂ ਪਹਿਲਾਂ ਡੈਥ ਹੋ ਗਈ, ਜਿਸ ਦਾ ਉਹ ਵਿਚਾਰੇ ਵਿਛੋੜਾ ਨਹੀਂ ਸੰਭਾਲ ਸਕੇ। ਝੋਰਾ ਐਸਾ ਉਹਨਾਂ ਨੂੰ ਲੱਗਾ ਕਿ ਉਹਨਾਂ ਦੀ ਜਿਹੜੀ ਜਾਨ ਹੈ ਇਸੇ ਝੋਰੇ ਦੇ ਵਿੱਚ ਗਈ। ਉਹ ਇਸ ਤੋਂ ਵੱਧ ਵੀ ਜੀ ਸਕਦੇ ਸਨ, ਪਰ ਉਹ ਪੁੱਤ ਦੇ ਦੁੱਖ ਨੇ ਜਿਹੜਾ ਸੀ ਉਹਨਾਂ ਨੂੰ ਲੈ ਲਿਆ, ਅਤੇ ਇਸੇ ਦੁੱਖ ਕਾਰਨ ਹੀ ਉਹਨਾਂ ਨੂੰ ਬਿਮਾਰੀ ਦਾ ਸ਼ਿਕਾਰ ਹੋ ਗਏ। ਅਤੇ 2 ਤਰੀਕ ਨੂੰ ਉਹ ਬਿਮਾਰੀ ਕਾਰਨ ਉਹਨਾਂ ਦੀ ਡੈਥ ਹੋ ਗਈ। ਅਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ, ਜਿਸ ਅਰਦਾਸ ਵਿੱਚ ਇਲਾਕੇ ਦੀਆਂ ਮਹਾਨ ਹਸਤੀਆਂ ਨੇ ਵੀ ਪਹੁੰਚਣਾ ਹੈ, ਸਾਰਾ ਪਰਿਵਾਰ ਪਹੁੰਚੇਗਾ। ਔਰ ਬੜੀ ਸ਼ਰਧਾ ਦੇ ਨਾਲ ਉਹਨਾਂ ਨੂੰ ਜਿਹੜੇ ਫੁੱਲ ਭੇਟ ਕੀਤੇ ਜਾਣਗੇ। ਅੱਜ ਮਿਤੀ 11/9/2019 ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਜਸਬੀਰ ਕੌਰ, ਉਹਨਾਂ ਦੀ ਸ਼ਰਧਾਂਜਲੀ ਸਮਾਗਮ ਹੈ। ਉਹਨਾਂ ਦੇ ਸਮਾਗਮ ਵਿੱਚ ਬਹੁਤ ਹੀ ਮਹਾਨ ਹਸਤੀਆਂ ਜਿਹੜੀਆਂ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੀਆਂ। ਸਾਡੇ ਮਾਤਾ ਜੀ ਦੇ ਵਿੱਚ ਬਹੁਤ ਗੁਣ ਸਨ ਜਿਹੜੇ ਅਸੀਂ ਅੱਖਰੀ ਬਿਆਨ ਨਹੀਂ ਕਰ ਸਕਦੇ। ਸਭ ਤੋਂ ਵੱਡਾ ਗੁਣ ਉਹਨਾਂ ਦਾ ਇਹ ਸੀ ਕਿ ਸਾਡੇ ਸਮੂਹ ਪਰਿਵਾਰ ਨੂੰ ਇਕੱਠਾ ਰੱਖਿਆ। ਅਸੀਂ 2 ਭਾਈ, 4 ਭੈਣਾਂ, ਮਤਲਬ ਹਰੇਕ ਤਰ੍ਹਾਂ, ਮਤਲਬ ਏਕੇ ਦਾ ਸਬੂਤ ਸੀ। ਹਰ ਦੁੱਖ ਸੁੱਖ ਦੇ ਵਿੱਚ ਅਸੀਂ ਭਾਈਵਾਲ ਸੀ। ਅਸੀਂ ਹੁਣ ਤੱਕ ਨਵੇਂ ਭਾਈ, ਅਜੇ ਵੀ ਸਾਡਾ ਸਾਰਾ ਕਾਰੋਬਾਰ ਜੋ ਵੀ ਹੈਗਾ, ਭਾਵੇਂ ਪੋਤੇ ਪੋਤਰੀਆਂ ਵਾਲੇ ਹਾਂ, ਦੋਤੇ ਦੋਤਰੀਆਂ ਵਾਲੇ ਹਾਂ, ਸਾਡਾ ਸਾਰਾ ਕਾਰੋਬਾਰ ਜਿਹੜਾ ਵਾ ਇਕੱਠਾ ਵਾ। ਜਿਹੜਾ ਕਾਰੋਬਾਰ ਜਾਂ ਜੋ ਵੀ ਮਤਲਬ ਅਸੀਂ ਅੱਜ ਹੈਗੇ ਹਾਂ ਜਾਂ ਜੋ ਸਾਡਾ ਕਾਰੋਬਾਰ ਹੈ, ਉਹ ਸਾਡੀ ਮਾਤਾ ਜੀ, ਸਾਡੇ ਪਿਤਾ ਜੀ ਸਰਦਾਰ ਕੈਪਟਨ ਭਾਨ ਸਿੰਘ, ਉਹਨਾਂ ਦੀ ਬਦੌਲਤ ਆ। ਅੱਜ ਜਿੰਨੇ ਵੀ ਸਾਡੀ ਮਾਤਾ ਜੀ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵੱਡੀਆਂ ਵੱਡੀਆਂ ਹਸਤੀਆਂ ਪਹੁੰਚ ਰਹੀਆਂ, ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਸੀਂ ਸਮੂਹ ਰੰਧਾਵਾ ਪਰਿਵਾਰ ਵੱਲੋਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਮਾਤਾ ਜੀ ਦੇ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ
ਹੁਮ ਮਾ ਕੇ ਪਰਿਵਾਰ ਜਿਹੜੇ ਆ ਪਹੁੰਚੇ ਆ, ਸੰਗਤਾਂ ਮਤਲਬ ਦਿਲੋਂ ਜਾਨ ਨਾਲ ਪਹੁੰਚੀਆਂ ਅਤੇ ਉਹਨਾਂ ਦੀ ਸ਼ਰਧਾਂਜਲੀ ਸਮਾਗਮ ਦੇ ਵਿੱਚ ਜਿੰਨੀ ਵੀ ਸੰਗਤ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਸਰਦਾਰਨੀ ਜਸਬੀਰ ਕੌਰ ਰੰਧਾਵਾ ਜੀ। ਸਰਦਾਰਨੀ ਜਸਬੀਰ ਕੌਰ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਅਥਾਹ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ, ਜਿਸ ਦੀ ਬਦੌਲਤ ਅੱਜ ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਸੰਸਕਾਰੀ ਹੈ, ਮਿੱਠ ਬੋਲੜਾ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਸਰਦਾਰਨੀ ਜਸਬੀਰ ਕੌਰ ਰੰਧਾਵਾ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਨੱਥੋਕੇ ਤਹਿਸੀਲ ਖਡੂਰ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।